पंगे लैण दी लोड़ नहीं, जे लेना फिर दस के लई आप बोल के लई, फिर तेरे झाटा कलारांगे तेनू दसांगे वी हां पंगा किवें लईदा हुंदा। जड़बे साले थोनू किहड़ा पता नहीं सी की होया, वीडियो जी पाउण लाते सी ना दसां मिंट दो दिनां च ही, हुण तां कहिंदे सी उहदी वीडियो नहीं पाउंदे, साले होया जड़बे दे। जड़बे बड़ा तुसीं ਤੁਹਾਨੂੰ ਯਾਰ ਗਾਲ ਕਢਾਉਂਦੇ ਹੋ, ਮੈਥੋਂ ਨਿਕਲ ਜਾਊਗੀ ਫਿਰ, ਤੁਸੀਂ ਤਾਂ ਤਾਂ ਹਜੇ ਚੱਕੀ ਜਾਓਗੇ, ਇਹੋ ਜਿਹਾ ਕਲੋਸ ਕਰ ਫੇਰੂੰਗਾ ਸਾਰੀ ਜ਼ਿੰਦਗੀ ਯਾਦ ਰੱਖੋਗੇ। ਬੜੇ ਹੋ ਗਏ, ਮਾੜੀ ਮੋਟੀ ਅਕਲ ਕਰ ਲਓ, ਸਾਲੇ ਧੌਲੇ ਆ ਗਏ, ਜੁੱਤੀਆਂ ਨਾ ਖਾ ਲਿਓ, ਨਹੀਂ ਇੱਥੇ ਆਪੋ ਆਪਣੀ ਜਿਤਾਵ ਦੇ ਹੱਥ ਹੁੰਦੀ ਹੈ, ਬੰਦੇ ਵਾਂਗੂ ਉਹਦਾ ਕੰਮ ਤੱਕ ਮਤਲਬ ਰੱਖੋ। ਟੌਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਦਲਜੀਤ ਸਿੰਘ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਸਿੱਧੂ ਮੂਸੇਵਾਲ ਦੇ ਘਰ ਸੱਚਮੁੱਚੀ ਕਾਲ ਆਉਂਦੀਆਂ ਪਈਆਂ ਸੀ? ਮਿੱਤਰੋ, ਕੀ ਸਿੱਧੂ ਮੂਸੇਵਾਲੇ ਨੇ ਘਬਰਾ ਕੇ ਅੱਜ ਲਾਈਵ ਹੋ ਕੇ ਬੱਬੂ ਮਾਨ ਨੂੰ ਮੰਦਾ ਚੰਗਾ ਬੋਲਿਆ ਹੈ? ਜੀ ਹਾਂ, ਸਿੱਧੂ ਮੂਸੇਵਾਲੇ ਅਤੇ ਬੱਬੂ ਮਾਨ ਦੀ ਕੌਂਟਰੋਵਰਸੀ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਚੱਲਦੀ ਪਈ ਹੈ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਲਾਈਵ ਹੋਇਆ ਅਤੇ ਬੱਬੂ ਮਾਨ ਦੇ ਖਿਲਾਫ ਕਾਫ਼ੀ ਜ਼ਿਆਦਾ ਬੋਲਿਆ, ਅਜਿਹੀਆਂ ਗੱਲਾਂ ਬੋਲ ਗਿਆ ਜੋ ਬੋਲਣ ਵਾਲੀਆਂ ਵੀ ਨਹੀਂ ਸੀ। ਜੀ ਹਾਂ, ਜੋ ਸਿੱਧੂ ਮੂਸੇਵਾਲੇ ਨੇ ਰਿਪਲਾਈ ਦਿੱਤੇ ਨੇ ਉਸ ਵਿੱਚ ਸਰੇਆਮ ਹੀ ਲੱਗਦਾ ਪਿਆ ਹੈ ਕਿ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਦੀ ਹੀ ਮੰਜੀ ਠੋਕੀ ਹੈ। ਸੋ ਆਓ ਪਹਿਲਾਂ ਤਾਂ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਉਸ ਲਾਈਵ ਵਾਲੇ ਇੱਕ ਛੋਟੀ ਜਿਹੀ ਝਾਤ ਮਰਾਉਂਦੇ ਹਾਂ। ਹੁਣ ਤਾਂ ਕੁਛ ਨਹੀਂ ਕਿਹਾ ਕਿਸੇ ਨੂੰ ਵਿਚਾਰੇ ਨੂੰ, ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ, ਲੀਡ ਫਕੀਰ ਤਾਂ ਇੱਕੋ ਹੀ ਹੈ, ਉਹੀ ਸੀਗਾ ਤੇ ਕੀ ਕੀਤਾ ਨਾ, ਉਹਦੇ ਘਰ ਦਾ ਨੰਬਰ ਦੇ ਤਾ। ਸ਼ੁਰੂ ਤੋਂ ਇਹ ਕੰਮ ਕਰਦੇ ਨੇ, ਘਰ ਦਾ ਨੰਬਰ ਕਿਵੇਂ, ਯਾਨੀ ਕਿ ਵੀ ਜਿਹੜਾ ਆਪਣੇ ਘਰਦਿਆਂ ਕੋਲ ਹੁੰਦਾ ਉਹ ਦਿੱਤਾ, ਫੋਨ ਫਾਨ ਮੈਸੇਜ ਮੂਸੇਜ ਇਹੀ ਕੱਲ ਇਹੀ ਕੁਛ ਇਹ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਨਕੁਆਇਰੀ ਨੰਬਰ 'ਤੇ ਫੋਨ ਕਰਤਾ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਈਮੇਲਾਂ ਕਰਤੀਆਂ ਅਸੀਂ, ਇਹ ਕਰ ਦਿਆਂਗੇ, ਫਲਾਨਾ ਧਮਕਾ ਕਰਦਾ, ਮੇਰੀ ਗੱਲ ਸੁਣੋ ਏ। ਠੀਕ ਹੈ ਨਾ, ਪਹਿਲੀ ਗੱਲ, ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅਜੇ ਤੱਕ ਬੋਲਿਆ, ਨਾ ਮੈਂ ਬੋਲਾਂ, ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ। ਠੀਕ ਹੈ ਨਾ, ਵੀ ਆਹ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨਾ, ਵਿੱਚਾਂ ਲੀਰਾਂ ਨੂੰ ਕਹਿਣਾ, ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ, ਠੀਕ ਹੈ ਨਾ, ਵੀ ਆਪਦਾ ਬੰਦੇ ਵਾਂਗੂ ਉਹਦਾ ਖੂੰਜੇ ਲੱਗ ਕੇ ਉਹਦਾ ਕੰਮ ਕਰੀ ਚੱਲੋ। ਠੀਕ ਹੈ ਨਾ, ਨਾ ਮੈਂ ਲੈਣ ਦੇਣ 'ਚ ਕਿਸੇ ਨਾਲ ਤੁਹਾਡੇ 'ਚ ਹੈਗਾ ਨਾ ਹੈਗਾ, ਪਰ ਜੇ ਮੈਨੂੰ ਵਿੱਚ ਘੜੀਸੋਂਗੇ ਨਾ, ਮੈਂ ਇਹੋ ਜਿਹਾ ਘੋਟਾ ਚੜਾਉਂਗਾ ਸਾਰੀ ਜ਼ਿੰਦਗੀ ਯਾਦ ਰੱਖੋਗੇ। ਠੀਕ ਹੈ ਨਾ, ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ, ਕੁੜੀਆਂ ਦੇ ਪੇਜਾਂ 'ਤੇ ਜਾ ਕਮੈਂਟ ਗਾਲਾਂ ਕੱਢ ਕੇ, ਆਹ ਲੀਰਾਂ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚ ਬੰਦਿਆਂ ਵਾਲੇ ਨਾ ਮਰਦਾਂ ਵਾਲੇ ਕੰਮਾਂ 'ਚ ਇਹ ਆਉਂਦੇ ਨੇ, ਨਾ ਹੀ ਇਹ ਆ ਹੁਣ। ਠੀਕ ਹੈ ਨਾ, ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ, ਤੁਹਾਡਾ ਕਿਸੇ ਸਿਰੇ ਵਾਲੇ ਨਾਲ ਵਾਹ ਨਹੀਂ ਪਿਆ। ਠੀਕ ਹੈ ਨਾ, ਐਵੇਂ ਦੁੱਕੀਆਂ ਸਾਲੀਆਂ, ਘਰੇ ਕੋਈ ਪੁੱਛਦਾ ਨਹੀਂ ਹੈਗਾ, ਕੋਈ ਭਰਮ ਭੁਲੇਖਾ ਹੋਇਆ ਇੱਥੇ ਹੁੰਦਾ, ਪਿੰਡ ਹੀ ਹੁੰਦਾ, ਜਦੋਂ ਮਰਜ਼ੀ ਆ ਜਾਓ। ਠੀਕ ਹੈ ਨਾ, ਮੈਂ ਤੁਹਾਡੇ ਵਾਂਗੂ ਗਾਣਾ ਕੱਢ ਕੇ ਚੰਡੀਗੜ੍ਹ ਲੋਕ ਨਹੀਂ ਬੈਠਦਾ, ਸ਼ਰੇਆਮ ਸਨੈਪ ਚੈਟ ਪਾ ਕੇ ਨਿਕਲਦੇ ਹਾਂ, ਸ਼ਰੇਆਮ ਸਨੈਪ ਚੈਟ ਪਾ ਕੇ ਵਾਪਸ ਆਉਂਦੇ ਹਾਂ। ਠੀਕ ਹੈ ਨਾ, ਆਹ ਦੁੱਕੀ ਕੰਮ, ਜੇ ਕਿਸੇ ਨੂੰ ਕੋਈ ਭਰਮ ਭੁਲੇਖਾ ਹੋਇਆ ਉਹ ਵੀ ਕੱਢ ਲਿਓ, ਆ ਫੋਨਾਂ 'ਤੇ ਚਾਵਲਾਂ ਨਹੀਂ, ਨਾ ਮੈਂ ਅੱਜ ਮਾਰੀਆਂ, ਨਾ ਮੈਂ ਕੱਲ ਨੂੰ, ਨਾ ਮੈਨੂੰ ਆ ਤੁਹਾਡੀਆਂ ਭੇਡਾਂ ਦਾ ਕੋਈ ਡਰ ਹੈ। ਕਰੋ ਕਮੈਂਟ, ਕਿਹੜਾ ਕਰਦਾ ਮੇਰਾ ਸਾਲਾ, ਆ ਜਾਓ ਜਿਹਨੇ ਕਰਨਾ ਕਰੋ ਕਮੈਂਟ। ਠੀਕ ਹੈ ਨਾ, ਪਰ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਵੀ ਇਹ ਖੜੱਪਾ ਸੱਪ ਹੈ, ਜਿੰਨਾ ਇਹਨੂੰ ਛੇੜੇਂਗੇ ਉਨਾ ਉੱਠੂ। ਠੀਕ ਹੈ ਨਾ, ਆਪਦਾ ਕੰਮ ਤੱਕ ਮਤਲਬ। ਠੀਕ ਹੈ ਨਾ, ਘਬਰਾਹਟ ਮੈਨੂੰ ਕਿਸ ਦੀ ਕੋਈ ਨਹੀਂ, ਕਿਸੇ ਸਾਲੇ ਦੇ ਕਿਸੇ ਦੇ ਪਿਓ ਦੀ ਘਬਰਾਹਟ ਨਹੀਂ ਹੈਗੀ ਮੈਨੂੰ। ਤੈਨੂੰ ਕੋਈ ਵਹਿਮ ਭਰਮ ਰਿਹਾ ਹੈਗਾ ਵੀ 25 ਸਾਲਾਂ ਦਾ ਤੂੰ ਕੱਢ ਲਈ, ਕੋਈ ਹੋਰ ਕਿਸੇ ਨੇ ਕੱਢਣਾ ਹੋਇਆ ਉਹ ਕੱਢ ਲਿਓ। ਠੀਕ ਹੈ, ਆਪਦੀ ਵਾਹਿਗੁਰੂ ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ, ਮੈਂ ਇਹੋ ਜਿਹਾ ਘੋਟਾ ਚੜਾਉਂਗਾ ਸਾਰੀ ਜ਼ਿੰਦਗੀ ਯਾਦ ਰੱਖੋਗੇ। ਲੀਡ ਫਕੀਰ ਤਾਂ ਇੱਕੋ ਹੀ ਹੈ, ਉਹੀ ਸੀਗਾ, ਹੁਣ ਤੱਕ ਤੁਸੀਂ ਕੁੜੀਆਂ ਹੀ ਦਵਾਈਆਂ ਨੇ, ਨਹੀਂ ਫਿਰ ਬੁੱਢੀ ਉਮਰ ਦਾੜੀ 'ਚ ਫੁੱਲ ਪਾਉਣ ਲੱਗੇ ਮਿੰਟ ਹੀ ਲੱਗਦੇ ਹੁੰਦੇ ਨੇ। ਠੀਕ ਹੈ ਨਾ, ਜਿੱਦਣ ਫੁੱਲ ਪਾਉਣੇ ਹੋਏ ਤੈਨੂੰ ਵੀ ਪਾ ਦਿਆਂਗੇ ਵਿੱਚ ਹੀ, ਪੰਗੇ ਲੈਣ ਦੀ ਲੋੜ ਨਹੀਂ, ਜੇ ਲੈਣਾ ਫਿਰ ਦੱਸ ਕੇ ਲਈ ਆਪ ਬੋਲ ਕੇ ਲਈ, ਫਿਰ ਤੈਨੂੰ ਝਾਟਾ ਕਲਾਰਾਂਗੇ, ਤੈਨੂੰ ਦੱਸਾਂਗੇ ਵੀ ਹਾਂ ਪੰਗਾ ਕਿਵੇਂ ਲਈਦਾ ਹੁੰਦਾ। ਜੜਬੇ ਸਾਲੇ ਤੁਹਾਨੂੰ ਕਿਹੜਾ ਪਤਾ ਨਹੀਂ ਸੀ ਕੀ ਹੋਇਆ, ਵੀਡੀਓ ਜੀ ਪਾਉਣ ਲਾਤੇ ਸੀ ਨਾ ਦਸਾਂ ਮਿੰਟ ਦੋ ਦਿਨਾਂ 'ਚ ਹੀ, ਹੁਣ ਤਾਂ ਕਹਿੰਦੇ ਸੀ ਉਹਦੀ ਵੀਡੀਓ ਨਹੀਂ ਪਾਉਂਦੇ, ਸਾਲੇ ਹੋਇਆ ਜੜਬੇ ਦੇ। ਜੜਬੇ ਬੜਾ ਤੁਸੀਂ, ਤੁਹਾਨੂੰ ਯਾਰ ਗਾਲ ਕਢਾਉਂਦੇ ਹੋ, ਮੈਥੋਂ ਨਿਕਲ ਜਾਊਗੀ ਫਿਰ, ਤੁਸੀਂ ਤਾਂ ਤਾਂ ਹਜੇ ਚੱਕੀ ਜਾਓਗੇ, ਇਹੋ ਜਿਹਾ ਕਲੋਸ ਕਰ ਫੇਰੂੰਗਾ ਸਾਰੀ ਜ਼ਿੰਦਗੀ ਯਾਦ ਰੱਖੋਗੇ। ਬੜੇ ਹੋ ਗਏ, ਮਾੜੀ ਮੋਟੀ ਅਕਲ ਕਰ ਲਓ, ਸਾਲੇ ਧੌਲੇ ਆ ਗਏ, ਜੁੱਤੀਆਂ ਨਾ ਖਾ ਲਿਓ, ਨਹੀਂ ਇੱਥੇ ਆਪੋ ਆਪਣੀ ਜਿਤਾਵ ਦੇ ਹੱਥ ਹੁੰਦੀ ਹੈ, ਬੰਦੇ ਵਾਂਗੂ ਉਹਦਾ ਕੰਮ ਤੱਕ ਮਤਲਬ ਰੱਖੋ।
मित्रों इस लाइव नू देखन तो बाद बब्बू मान दे फैन च बहुत ही ज्यादा गुस्सा है। सो हाल ही विच एक बब्बू मान दे तक्कर फैन ने सिद्धू मूसेवाल नू रिप्लाई किया है ते उसने अपने डोले विखाउंदे होए की रिप्लाई किया है, आओ तुहानू उस वीडियो वाले चलदे हां। तेरे बुढ़े का ना सिद्धू आ तेरे बुढ़े का ना देख ला सारा कहना बुढ़ा आ देख तेरे बुढ़े का ना हाँ जी मित्रों कमेंट करके जरूर दस्सो कि तुसी किस दे फैन हो ते तुसी जिस नूं पसंद करदे हो कमेंटां विच उसदा वध तों वध नाम लिखो ते इस वीडियो नूं वध तों वध लाइक ते शेयर जरूर कर दिओ तां जो इह वीडियो सिद्धू मूसेवाले ते बब्बू मां दे कट्टर फैनां तक पहुँच सके ते सानूं भी पता लग सके कि असल विच लोग किस नूं पसंद करदे ने मान साहब नूं जां फिर मूसेवाले नूं। सो हुंदे लई एना ही, जल्दी मिलदे हां किसे नवीं अपडेट नाल। हुण सानूं दिओ इजाजत ते तुसी देखदे रहो अपना ही चैनल टॉप पंजाब टीवी। मेरी सारी मैं मुक गई यारो बाबे नानक दे खूह ते पानी पी आया।